ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਾ ਸਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਤੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਸਵਰਗਵਾਸੀ ਸਰਦਾਰ ਕਾਕਾ ਜਗਦੀਪ ਸਿੰਘ ਸਪੁੱਤਰ ਗੁਰਜੰਟ ਸਿੰਘ ਸਤਿਗੁਰੂ ਜੀ ਸਵਰਗਵਾਸੀ ਕਾਕਾ ਜਗਦੀਪ ਸਿੰਘ ਆਪਣੇ ਸਵਾਸਾਂ ਦੀ ਕੁੰਜੀ ਨੂੰ ਭੋਗਦਿਆਂ ਹੋਇਆਂ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦਿਆਂ ਹੋਇਆਂ ਅਕਾਲ ਤਰਾਣੇ ਕਰ ਗਏ ਸਨ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਸਮੂਹ ਸਾਰੇ ਪਰਿਵਾਰ ਨੇ ਰਲ ਮਿਲ ਕੇ ਸਤਿਗੁਰੂ ਜੀ ਕਈ ਦਿਨਾਂ ਤੋਂ ਲੈ ਕੇ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮੰਡਾਈ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾ ਕੇ ਸਕੂਲ ਨੂੰ ਭੋਗ ਪਵਾਏ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਣੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਕੀ ਬਾਰ ਬਖਸ਼ ਬੰਦੇ ਪਾਓ ਬਾਹਰ ਨਾ ਭਾਵ ਜਲ ਫੇ ਗ੍ਰੰਥ ਸਾਹਿਬ ਦੇ ਗੁਰ ਦਾ ਨਿੱਘ ਮਾਣ ਰਹੀ ਸਾਧ ਸੰਗਤ ਜੀ ਅੱਜ ਅਸੀਂ ਕਾਕਾ ਜਗਦੀਪ ਸਿੰਘ ਜੀ ਗਿੱਲ ਸਾਹਿਬ ਜੋ ਕਿ ਗੈਸ ਏਜੰਸੀ ਦੇ ਮਾਲਕ ਸਨ ਸਾਨੂੰ ਸਰੀਰੀ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਗਏ ਹਨ ਭਾਵੇਂ ਮੌਤ ਇੱਕ ਅਟਲ ਸਚਾਈ ਹੈ ਜੋ ਇਨਸਾਨ ਜਨਮ ਲੈਂਦਾ ਉਸਨੇ ਜਾਣਾ ਹੁੰਦਾ ਹੈ ਪਰ ਕਈ ਮੌਤਾਂ ਇਹੋ ਜਿਹੇ ਸਮੇਂ 'ਚ ਹੋ ਜਾਂਦੀਆਂ ਜਿਹੜੀਆਂ ਝੱਲਣੀਆਂ ਬਹੁਤ ਜ਼ਿਆਦਾ ਆਖਿਆ ਜਾਂਦਾ ਹੈ ਕਿ ਹਰ ਮਨੁੱਖ ਸੰਘਰਸ਼ਾਂ ਦੀ ਇੱਕ ਲੰਬੀ ਦਾਸਤਾਨ ਆਪਣੇ ਸੀਨੇ ਵਿੱਚ ਸਮੋਈ ਬੈਠਾ ਹੁੰਦਾ ਹੈ ਜਿਹਦੇ ਵਿੱਚ ਜ਼ਿੰਦਗੀ ਦੇ ਪਿਛੜੇ ਪਹਿਲਿਆਂ ਦੀ ਕਸਰ ਤੇ ਜ਼ਿੰਦਗੀ ਦੇ ਸਵਾਦਲੇ ਪਲਾਂ ਦੀ ਮਹਿਕ ਯਾਦਾਂ ਦਾ ਇਤਿਹਾਸ ਬਣ ਕੇ ਉਹਦੇ ਅੰਗ ਸੰਗ ਚੱਲਦੀ ਰਹਿੰਦੀ ਹੈ ਕਈਆਂ ਨੂੰ ਜ਼ਿੰਦਗੀ ਦੀ ਝੋਲੀ ਚੋਂ ਬੁਲੰਦੀ ਦੀਆਂ ਸਿਖਰ ਦੀਆਂ ਸੁਗਾਤਾਂ ਨਸੀਬ ਹੋ ਜਾਇਆ ਕਰਦੀਆਂ ਨੇ ਕਈਆਂ ਨੂੰ ਜ਼ਿੰਦਗੀ ਦੀ ਆਸ਼ੀ ਬਾਰੇ ਦੇ ਜੰਗਲ ਦੇ ਵਿੱਚ ਮਿੱਠਾ ਟੁਕੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ ਸੀ ਅੱਜ ਜਗਦੀਪ ਦੇ ਸ਼ਰੀਕੇ ਹਯਾਤ ਉਸਦੇ ਦੋਨੇ ਬੱਚੇ ਜਿਹੜੇ ਜ਼ਿੰਦਗੀ ਦੇ ਗੰਦ ਨੂੰ ਹੰਢਾਉਂਦੇ ਰਾਹ ਤੁਰੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਸਦੀਵੀ ਹੰਝੂਆਂ ਨੇ ਹੰਝੂਆਂ ਦਾ ਹੜ੍ਹ ਆਇਆ ਹੈ ਅੱਜ ਸਾਡੇ ਵਾਸਤੇ ਬਹੁਤ ਹੀ ਦੁੱਖ ਦੀ ਘੜੀ ਹੈ ਆਪਾਂ ਸਾਰੇ ਹੀ ਇੱਕ ਨੌਜਵਾਨ ਜੋ ਕਿ ਸਦਾ ਲਈ ਸਾਨੂੰ ਸੁਖਾ ਦੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਜੁਰੀ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹਾਜ਼ਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਮੈਂ ਬੋਲ ਨਹੀਂ ਸੁਣਾਂਗਾ ਬਹੁਤ ਛੋਟੀ ਉਮਰ ਦੇ ਵਿੱਚ ਜਗਦੀਪ ਸਿੰਘ ਗਿੱਲ ਜੀ ਸਾਨੂੰ ਸਦੀਪ ਵਿਛੋੜਾ ਦੇ ਕੇ ਸਦਾ ਲਈ ਚਲੇ ਗਏ ਆ ਬਹੁਤ ਨੇਕ ਇਨਸਾਨ ਸੀ ਔਰ ਹਰ ਲੋੜਵੰਦ ਦੇ ਕੰਮ ਆਉਣ ਵਾਲੇ ਬੰਦੇ ਸੀ ਉਹ ਵਾਹਿਗੁਰੂ ਦਾ ਹੁਕਮ ਸੀ ਪਾਣਾ ਸੀ
ਸੋ ਰਹਿ ਕੋ ਕੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਵਸ ਰੱਖਣ ਔਰ ਪਰਿਵਾਰ ਨੂੰ ਪਾਣਾ ਪੂਣ ਦਾ ਸੰਗਤ ਦਾ ਇੱਥੇ ਪਹੁੰਚਣ 'ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾਂਗਾ ਕਿ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚੇ ਹੋ। ਸੋਈ
ਸਵਾਸਾਂ ਦਾ ਖਜ਼ਾਨਾ ਲੈ ਕਰਕੇ ਇਸ ਸੰਸਾਰ ਤੇ ਆਏ ਸਨ। ਸਵਾਸਾਂ ਦੀ ਮੁੰਦੀ ਨੂੰ ਭੋਗਦਿਆਂ ਹੋਇਆ ਇਸ ਸੰਸਾਰ ਤੋਂ ਚਲਾਣਾ ਕਰਦੇ ਨੇ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੁੰਦਿਆਂ ਹੋਇਆ ਆਪ ਜੀ ਪੈਰਾਂ ਦੇ ਗੀਤ ਨੂੰ ਸਰਵ ਕਰ ਰਹੇ ਸੀ। ਆਪਾਂ ਸ਼ਬਦ ਕਾਇਮ ਕੀਤਾ ਸੀ ਐਸੋ ਇਹ ਸੰਸਾਰ ਭਿੱਖ ਨਾ ਰਹਿਣ ਨਾ ਪਊ ਪਈ ਹੈ ਜੇ ਕਿ ਜੇ ਜੋ ਅਸੀਂ ਇਸ ਅੱਖਾਂ ਦੇ ਦੁਆਰਾ ਇਸ ਸੰਸਾਰ ਨੂੰ ਇਸ ਜਗਤ ਨੂੰ ਇਸ ਜਗਤ ਦੇ ਵਸਾਰੇ ਨੂੰ ਦੇਖ ਰਹੇ ਹਾਂ, ਕੋਈ ਵੀ ਮਨੁੱਖ ਕੋਈ ਵੀ ਜੀਵ ਕੋਈ ਵੀ ਜੰਤੂ ਸਦਾ ਇਸ ਸੰਸਾਰ ਤੇ ਇਸ ਜਗਤ ਦੇ ਵਿੱਚ ਸਥਿਰ ਰਹਿਣ ਵਾਲਾ ਨਹੀਂ ਹੈ। ਜਿਨ ਸ਼ਹਿਰਾਂ ਪਿਆ ਇਸ ਜਗਤ ਨੂੰ ਇਸ ਪੇਕੇ ਰੂਪੀ ਘਰ ਨੂੰ ਅਸੀਂ ਛੱਡ ਕੇ ਸਭ ਜੀਵਾਂ ਨੇ ਸਭ ਜੀਵ ਇਸਤਰੀਆਂ ਨੇ ਉਸ ਪਰਮਾਤਮਾ ਦੀ ਦਰਗਾਹ ਤੇ ਸਭਨਾ ਸਹਰੇ ਵੰਡਣਾ, ਇੱਕ ਨਾ ਇੱਕ ਦਿਨ ਸਭ ਨੇ ਸੰਸਾਰ ਤੋਂ ਕੂਚ ਕਰ ਜਾਣਾ ਹੈ। ਗੁਰੂ ਪਾਤਸ਼ਾਹ ਜੀ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਘਰ 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 ਪਹੁੰਚਾ ਸਦੜੇ ਨਿਤ ਮਨ ਸਦਨ ਹਾਰਾ ਸਿਮਰੀ ਹੈ ਘਰ ਘਰ ਇਹ ਸੱਤੇ ਪੱਤਰ, ਕਿਉਂਕਿ ਉਸ ਦੀ ਰਜ਼ਾ ਹੈ ਤੂੰ ਹੈ ਵੱਖ ਵੱਖ ਤੇਰੀ ਰਜ਼ਾ ਹੈ ਮੇਰੇ ਹਰ ਜੀਓ ਸਭ ਤੋਂ ਦੇ ਬਸ ਅਸਾਂ ਜੋ ਨਹੀਂ ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤਿਵੇਂ ਬਖਸ਼। ਮਨੁੱਖ ਦਾ ਇਸ ਸੰਸਾਰ ਤੇ ਆਉਣਾ ਤੇ ਜਾਣਾ ਉਸ ਅਕਾਲ ਮੁਖ ਦੇ ਹੱਥ ਵਸ ਵਿੱਚ ਹੈ, ਸਾਡਾ ਕੋਈ ਜ਼ੋਰ ਨਹੀਂ ਕੋਈ ਵੀ ਯਤਨ ਅਸੀਂ ਨਹੀਂ ਕਰ ਸਕਦੇ ਕਿ ਅਸੀਂ ਜੀਵ ਨੂੰ ਇਸ ਤੋਂ ਜਾਣ ਤੋਂ ਰੋਕ ਸਕੀਏ। ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਮਨੁੱਖ ਨੇ ਇਸ ਸੰਸਾਰ ਨੂੰ ਕੂਚ ਕਰ ਜਾਣਾ ਹੈ। ਜਿਸ ਮਨੁੱਖ ਨੇ ਇਸ ਪਰਮਾਤਮਾ ਦੀ ਖੇਡ ਨੂੰ ਸਮਝ ਲਿਆ ਇਸ ਸੰਸਾਰ ਦੇ ਕਿਸ ਮਕਸਦ ਲਈ ਆਇਆ ਜ਼ਿੰਦਗੀ ਦਾ ਜੀਵਨ ਮਨੋਰਥ ਦਾ ਕਾਰਜ ਉਸ ਪਰਮਾਤਮਾ ਨੂੰ ਮਿਲਣ ਦਾ ਕਾਰਜ ਇਹ ਸਵਾਰਨਾ ਹੈ। ਸੋ ਆਓ ਸ਼ਬਦੀ ਆਗੇ ਬਸ ਸੁਹੇਲਾ।
Oh.
ਬਹੁਤ ਜ਼ਿਆਦਾ ਔਖੀਆਂ ਹੁੰਦੀਆਂ ਹਨ, ਉਹਨਾਂ ਵਿੱਚੋਂ
ਸਾਡੇ ਹੋਣਹਾਰ ਸਪੁੱਤਰ ਜੇ ਆਪਾਂ ਸਰਵਣ ਪੁੱਤ ਵੀ ਕਹਿ ਲਈਏ ਤਾਂ ਕੋਈ ਅੱਖ ਤੱਕ ਵੀ ਨਹੀਂ, ਸਾਨੂੰ ਸ਼੍ਰੀ ਵੀ ਵਿਛੋੜਾ ਦੇ ਗਏ ਹਨ, ਜਿਨ੍ਹਾਂ ਦੇ ਉੱਪਰ ਉਹਨਾਂ ਦੇ ਮਾਤਾ ਪਿਤਾ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਤੇ ਸਮੁੱਚੇ ਬਠਿੰਡੇ ਨਿਵਾਸੀਆਂ ਨੂੰ ਬੜੀ ਵੱਡੀ ਆਸਾ ਸਨ। ਕਿਉਂਕਿ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਲੋਕਾਂ ਦੇ ਕੰਮ ਆਏ ਹੈ ਤੇ ਸਾਡਾ ਬੜਾ ਇਸ ਪਰਿਵਾਰ ਨਾਲ ਨਿੱਜੀ ਪਿਆਰ ਹੋਣ ਦੇ ਕਰਕੇ ਅੱਜ ਤੱਕ ਕਦੇ ਵੀ ਸਰਦਾਰ ਜਗਜੀਤ ਸਿੰਘ ਨੇ ਆਪਣੇ ਜਾਤੀ ਵਪਾਰ ਵਾਸਤੇ ਕੰਮ ਵਾਸਤੇ ਕਦੇ ਵੀ ਕਿਸੇ ਨੂੰ ਨਹੀਂ ਸੀ ਕਿਹਾ। ਹਮੇਸ਼ਾ ਹੀ ਸਮਾਜ ਦੀ ਸੇਵਾ ਕਰਨ ਵਾਸਤੇ, ਲੋਕਾਂ ਦੀ ਸੇਵਾ ਕਰਨ ਵਾਸਤੇ ਤਿਆਰ ਰਹਿੰਦੇ ਸਨ। ਤੇ ਦੁੱਖ ਇਸ ਗੱਲ ਦਾ ਕਿ 38 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਸਾਹਮਣੇ ਕਦੇ ਅੱਜ ਤੱਕ ਤੂੰ ਤੂੰ ਮੈਂ ਮੈਂ ਨਹੀਂ ਸੀ ਹੋਏ। ਜੇ ਕਦੇ ਮਾਤਾ ਪਿਤਾ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਕੋਈ ਸੁਝਾਅ ਦੇਣਾ ਹੁੰਦਾ ਤਾਂ ਸੰਤ ਰਤਨ ਕਹਿ ਕੇ ਬਾਹਰ ਨਿਕਲ ਜਾਂਦੇ ਸੀ। ਤੇ ਅੱਜ ਬੜੇ ਦੁੱਖ ਨਾਲ ਉਹ ਗੱਲਾਂ ਯਾਦ ਆਉਂਦੀਆਂ, ਇਤਿਹਾਸ ਯਾਦ ਆਉਂਦਾ ਜਦੋਂ ਕਹਿਰ ਵੱਧ ਗਿਆ ਸੀ, ਬਾਬਰ ਹੱਲੇ ਕਰਦਾ ਸੀ, ਲੁੱਟ ਕੇ ਲੈ ਜਾਂਦਾ ਸੀ, ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਪਰਮਾਤਮਾ ਨੂੰ ਉਲਾਂਭਾ ਦੇਣਾ ਪਿਆ ਸੀ। ਐਸੀ ਮਾਰ ਪਈ ਪੁਰਾਣੇ ਤੈ ਕਿਆ ਦਰਦ ਨਾ ਆਇਆ, ਭਾਵੇਂ ਹਾਲੇ ਜ਼ਖਮ ਸਾਡੇ ਪੂਰੇ ਨਹੀਂ ਸੀ ਹੋਏ। 3 ਸਾਲ ਪਹਿਲਾਂ ਉਹਨਾਂ ਦਾ ਬਹਿਣੋਈ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਤੇ ਉਸ ਭੈਣ ਨੂੰ ਵੀ ਬੜੀਆਂ ਵੱਡੀਆਂ ਆਸਾਂ ਸਨ, ਜਿਨ੍ਹਾਂ ਨੂੰ ਹਮੇਸ਼ਾ ਹੀ ਗਿੱਲ ਕਹਿੰਦਾ ਸੀ, ਜਿੰਨਾ ਚਿਰ ਮੈਂ ਜਿਉਂਦਾ ਤੁਹਾਨੂੰ ਕਿਸੇ ਕੰਮ ਦੀ ਕਿਸੇ ਫਿਕਰ ਦੀ ਲੋੜ ਨਹੀਂ। ਅੱਜ ਉਹ ਬੱਚੇ, ਅੱਜ ਉਹ ਭੈਣ, ਅੱਜ ਉਹ ਮਾਤਾ, ਅੱਜ ਉਹ ਪਿਤਾ ਕਿਹੜੇ ਗੱਲਾਂ ਨਾਲ ਧਰਵਾਸਾ ਦੇਈਏ, ਜਿਨ੍ਹਾਂ ਨੇ ਕਦੇ ਆ ਕੇ ਉਹਨਾਂ ਦੀ ਸਾਥ ਨਹੀਂ ਲੈਣੀ। ਪਰ ਮੈਥੋਂ ਪਹਿਲਾਂ ਦੱਸ ਕੇ ਗਏ ਹੈ ਕਿ ਇਹ ਰਾਜੇ ਮਹਾਰਾਜੇ ਪੀਰ ਪਕੰਬਰ ਦੇਵੀ ਦੇਵਤੇ ਵੀ ਇੱਥੋਂ ਚਲੇ ਜਾਂਦੇ ਹੈ, ਰਹਿਣਾ ਕਿਸੇ ਨੇ ਨਹੀਂ, ਸਿਰਫ ਯਾਦਾਂ ਹੀ ਰਹਿ ਜਾਂਦੀਆਂ। ਅੱਜ ਦਾ ਇਹ ਕੱਖ ਸਰਦਾਰ ਜਗਦੀਪ ਸਿੰਘ ਗਿੱਲ ਦੇ ਪਿਆਰ ਉਹਨਾਂ ਦਾ ਮਾਣ ਕਰਕੇ ਹੀ ਇੰਨਾ ਹੋਇਆ ਹੈ। ਮੇਰੇ ਸਾਹਮਣੇ ਜਦੋਂ ਉੱਥੇ ਆ ਰਹੇ ਸੀ ਤਾਂ ਸਾਰੇ ਹੀ ਅਫਸਰ ਸਾਹਿਬਾਨ, ਵਕੀਲ ਸਾਹਿਬਾਨ, ਮੈਂਬਰ ਸਾਹਿਬ, ਸਰਪੰਚ ਸਾਹਿਬ, MC ਸਾਹਿਬ, ਕਿਹਦਾ ਕਿਹਦਾ ਨਾਂ ਲਵਾਂ, ਕੋਈ ਵੀ ਵਰਗ ਇਹੋ ਜਿਹਾ ਨਹੀਂ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਆਇਆ ਨਹੀਂ। ਤੇ ਇੱਥੇ ਆਉਣ ਨਾਲ ਗਿੱਲ ਪਰਿਵਾਰ ਨੂੰ ਇੱਕ ਮੱਲਮ ਦਾ ਕੰਮ ਕਰਦਾ ਹੈ, ਕਿਉਂਕਿ ਦੁੱਖ ਵਡਾਇਆ ਘੱਟ ਜਾਂਦਾ। ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਕੁਛ ਸ਼ੋਕ ਸੰਦੇਸ਼ ਵੀ ਆਏ ਹੈ। ਗੁੱਡਵਿੱਲ ਸੁਸਾਇਟੀ ਰਜਿਸਟਰਡ ਬਠਿੰਡਾ, ਭਾਰਤ ਗੈਸ ਮੁਕਤਸਰ ਸਾਹਿਬ ਤੋਂ ਵੀ ਸ਼ੋਕ ਸੰਦੇਸ਼ ਆਇਆ, ਫੂਡ ਸਪਲਾਈ ਮੋਗਾ ਉਹਦੇ ਜਿਹੜੇ ਪ੍ਰਧਾਨ ਹੈ ਸਾਡੀ ਯੂਨੀਅਨ ਦੇ, ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਜ਼ਿਲ੍ਹਾ ਬਠਿੰਡਾ ਦੇ ਵੀ ਸ਼ੋਕ ਸੰਦੇਸ਼ ਆਇਆ, ਰਾਈਸ ਮਿੱਲ ਐਸੋਸੀਏਸ਼ਨ ਮੁਕਤਸਰ ਸਾਹਿਬ ਉਹਨਾਂ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਬਹੁਤ ਸਾਡੇ ਵਿੱਚ ਬੰਦੇ VIP ਵੀ ਪਹੁੰਚੇ ਹੋਏ ਹੈ, ਸਿਰਫ 2 ਜਾਂ 3 ਬੁਲਾਰਿਆਂ ਨੂੰ ਅਸੀਂ ਇੱਥੋਂ ਬੁਲਾ ਸਕਾਂਗੇ ਕਿਉਂਕਿ ਕਹਿਰ ਦੀ ਮੌਤ ਹੈ।
ਤੇ ਸਮਾਂ ਵੀ ਕਾਫੀ ਹੋ ਗਿਆ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨ ਲੱਗਿਆ ਕਿ ਸਾਡੇ ਪਾਲਾ ਆਖਿਆ ਜਾਂਦਾ ਹੈ ਕਿ ਹਰ ਮਨੁੱਖ ਸੰਘਰਸ਼ਾਂ ਦੀ ਇੱਕ ਲੰਬੀ ਦਾਸਤਾਨ ਆਪਣੇ ਸੀਨੇ ਵਿੱਚ ਸਮੋਈ ਬੈਠਾ ਹੁੰਦਾ ਹੈ, ਜਿਹਦੇ ਵਿੱਚ ਜ਼ਿੰਦਗੀ ਦੇ ਪਿਛੜੇ ਪੈਂਡਿਆਂ ਦੀ ਕਸਰ ਅਤੇ ਜ਼ਿੰਦਗੀ ਦੇ ਸਵਾਦਲੇ ਪਲਾਂ ਦੀ ਮਹਿਕ ਯਾਦਾਂ ਦਾ ਇਤਿਹਾਸ ਬਣ ਕੇ ਉਹਦੇ ਅੰਗ ਸੰਗ ਚੱਲਦੀ ਰਹਿੰਦੀ ਹੈ। ਕਈਆਂ ਨੂੰ ਜ਼ਿੰਦਗੀ ਦੀ ਝੋਲੀ ਚੋਂ ਬੁਲੰਦੀ ਦੀਆਂ ਸਿਖਰ ਦੀਆਂ ਸੁਗਾਤਾਂ ਨਸੀਬ ਹੋ ਜਾਇਆ ਕਰਦੀਆਂ ਨੇ, ਕਈਆਂ ਨੂੰ ਜ਼ਿੰਦਗੀ ਦੀਆਂ ਸਿਖਰਾਂ ਤੇ ਪਹੁੰਚ ਕੇ ਖੱਜਲ ਖੁਆਰੀਆਂ ਤੇ ਦੁਸ਼ਵਾਰੀਆਂ ਨਿਰਾਸ਼ਤਾ ਦੇ ਆਤਮ ਵਿੱਚ ਲੈ ਕੇ ਨਿਰਾਸ਼ਤਾ ਦੇ ਡੂੰਘੇ ਪਾਣੀਆਂ ਦੇ ਵਿੱਚ ਕਾਰੀਆਂ ਲਾਉਣ ਨੂੰ ਮਜਬੂਰ ਕਰ ਦਿੰਦੇ ਹਨ। ਜਦੋਂ ਕੋਈ ਐਸਾ ਭਾਣਾ ਵਾਪਰਦਾ ਹੈ ਉਸ ਵੇਲੇ ਦੇ ਮਾਤਮ ਦੇ ਮੰਜ਼ਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬੜਾ ਔਖਾ ਹੋ ਜਾਂਦਾ ਹੈ। ਸਰਦਾਰ ਗੁਰਨਾਨਕ ਸਿੰਘ ਗਿੱਲ ਜਿਨ੍ਹਾਂ ਦੇ ਲਾਡ ਲਬੇਟੇ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਹਨ, ਖੁਰਾਕ ਸਪਲਾਈ ਡਿਪਾਰਟਮੈਂਟ ਦੇ ਬੜੇ ਹੀ ਕਾਬਲ ਤੇ ਕੁਸ਼ਲ ਅਧਿਕਾਰੀ ਰਹੇ ਜਿਨ੍ਹਾਂ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹੁੰਦਿਆਂ ਕਦੇ ਆਪਣੇ ਮਤਾਹਤ ਸਟਾਫ ਨੂੰ ਨਹੀਂ ਸਮਝਿਆ, ਸਗੋਂ ਆਪਣੇ ਛੋਟੇ ਭਰਾ ਸਮਝ ਕੇ ਉਹਨਾਂ ਤੋਂ ਕੰਮ ਲੈਂਦੇ ਰਹੇ, ਜਿਨ੍ਹਾਂ ਦੇ ਵਿੱਚ ਖੁਸ਼ਹਾਲੀ ਦੀ ਬੇਪਨਾਹ ਰੁਚੀ ਸੀ, ਜਿਨ੍ਹਾਂ ਨੇ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਹਰ ਮੁਸੀਬਤ ਨੂੰ ਖਿੜੇ ਬੰਦੇ ਪਰਵਾਰ ਕੀਤਾ, ਹਰ ਚੁਣੌਤੀ ਨੂੰ ਸਵੀਕਾਰ ਕਰਨ ਦੀ ਦਲੇਰੀ ਸੀ, ਕਿਸੇ ਦੀ ਈਨ ਨਾ ਮੰਨਣ ਦਾ ਸਿਰੜ ਸੀ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਵਾਹਵਾ ਫੈਲਾ ਕੇ ਉਹਦੇ ਕੋਲ ਖੋਲ ਕੇ ਜ਼ਿੰਦਗੀ ਨੂੰ ਜੀਵਿਆ। ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਮਾਂ ਜਿਹੜਾ ਸੰਕਟ ਉਹਨਾਂ ਤੇ ਆ ਪਿਆ, ਮੈਂ ਸਮਝਦਾ ਵੀ ਸਿਆਣੇ ਬੰਦੇ ਕਹਿੰਦੇ ਨੇ ਵੀ ਜ਼ਿੰਦਗੀ ਦਾ ਸਭ ਤੋਂ ਮਾੜਾ ਸਮਾਂ ਹੁੰਦਾ ਜਦੋਂ ਜਵਾਨ ਪੁੱਤ ਦੀ ਲਾਸ਼ ਆਪਣੇ ਪਿਤਾ ਦੇ ਮੋਢਿਆਂ ਤੋਂ ਨਹੀਂ ਹੋ ਕੇ ਸ਼ਮਸ਼ਾਨ ਘਾਟ ਨੂੰ ਲੱਗਦੀ। ਦੱਸਿਆ ਹੀ ਨਹੀਂ ਆ ਗਿਆ ਸਦਾਕਤ ਹੈ, 3 ਸਾਲ ਪਹਿਲਾਂ ਦਮਾਦ ਚਲਾ ਗਿਆ, ਅੱਜ ਪੁੱਤਰ ਚਲਾ ਗਿਆ। ਭਾਈ ਸਾਹਿਬ ਭਾਈ ਗੁਰਨਾਨਕ ਸਿੰਘ ਵੀ ਦੱਸ ਕੇ ਗਏ ਨੇ, ਬਾਬੇ ਨਾਨਕ ਨੇ ਉਲਾਹਾ ਦਿੱਤਾ ਸੀ ਅੱਧੀ ਮਾਰ ਪਈ ਗੁਰਨਾਨਕ ਦੇਵ ਜੀ ਦਾ ਸਾਰੇ ਪ੍ਰਮੁੱਖ ਸਰਬੰਸ ਨੂੰ ਮਾਸ਼ੀ ਬਾਰੇ ਦੇ ਜੰਗਲ ਦੇ ਵਿੱਚ ਮਿੱਠਾ ਟੁਕੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ ਸੀ। ਅੱਜ ਜਗਦੀਪ ਦੇ ਸ਼ਰੀਕੇ ਹਯਾਤ ਉਸਦੇ ਦੋਨੇ ਬੱਚੇ ਜਿਹੜੇ ਜ਼ਿੰਦਗੀ ਦੇ ਗੰਦ ਨੂੰ ਹਟਾਉਂਦੇ ਰਾਹ ਤੁਰੇ ਨੇ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਸਦੀਵੀ ਹੰਝੂਆਂ ਨੇ, ਹੰਝੂਆਂ ਦਾ ਹੜ ਆਇਆ ਹੈ, ਜੋ ਮੇਰੇ ਤੋਂ ਪਹਿਲਾਂ ਦੋ ਬੁਲਾਰਿਆਂ ਨੇ ਜ਼ਿਕਰ ਕੀਤਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਸਪਲਾਈ ਡਿਪਾਰਟਮੈਂਟ ਦੀ ਤਰਫੋਂ ਬਹੁਤ ਸਾਰੇ ਅਧਿਕਾਰੀ ਆ ਜਿੱਥੇ ਆਏ ਹੋਏ ਨੇ ਸੈਂਟਰਾਂ ਦੀ ਗਿਣਤੀ ਦੇ ਵਿੱਚ, ਉਹਨਾਂ ਦੀ ਤਰਫੋਂ ਨਿੱਜੀ ਤੌਰ 'ਤੇ ਆਪਣੇ ਦਫ਼ਤਰ ਦੇ ਇੰਚਾਰਜ ਮੱਥਾ ਟੇਕ ਕੇ ਚਲੇ ਗਏ ਹੈ ਸਰਦਾਰ ਗੁਰਪ੍ਰੀਤ ਸਿੰਘ। ਅੱਜ
ਸਾਡੇ ਵਾਸਤੇ ਬਹੁਤ ਹੀ ਦੁੱਖ ਦੀ ਘੜੀ ਹੈ। ਆਪਾਂ ਸਾਰੇ ਹੀ ਇੱਕ ਨੌਜਵਾਨ ਜੋ ਕਿ ਸਦਾ ਲਈ ਸਾਨੂੰ ਵਿਛੋੜਾ ਦੇ ਗਏ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹਾਜ਼ਰ ਹੋਏ। ਅਸੀਂ ਇਸ ਪਰਿਵਾਰ ਦੀ ਗਿਲ ਪਰਿਵਾਰ ਦੀ ਸਾਬਕਾ ਸਿੰਚਾਈ ਮੰਤਰੀ ਸਰਦਾਰ ਜਗਰੇਜਾ ਸਿੰਘ ਜੀ ਸਿੱਖੋਂ, ਜਿਨ੍ਹਾਂ ਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਮੈਂ ਬੋਲ ਨਹੀਂ ਸੁਣਾਂਗਾ, ਮੈਂ ਮਾਫ਼ੀ ਮੰਗਦਾ। ਅਮੀਰ ਆਦਮੀ ਤਾਂ ਜਾ ਕੇ ਵੱਡੇ ਸ਼ਹਿਰਾਂ 'ਚ ਇਲਾਜ ਕਰਵਾ ਲਓ, ਸਾਡੇ ਪਿੰਡ ਦੇ ਵਿੱਚ ਕੋਈ ਹਸਪਤਾਲ ਨਹੀਂ। ਮੇਰੀ ਨਿੱਜੀ ਇੱਛਾ ਵੀ ਜੇਕਰ ਪਿੰਡ ਦੇ ਵਿੱਚ ਹਸਪਤਾਲ ਬਣ ਗਏ ਤਾਂ ਉੱਥੇ ਗਰੀਬ ਆਦਮੀ ਆਪਦਾ ਇਲਾਜ ਕਰਵਾ ਸਕਣ, ਕਿਉਂਕਿ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਬੜਾ ਔਖਾ ਹੈ। ਜਿਉਂਦੇ ਜੀ ਤਾਂ ਉਹ ਇੱਛਾ ਪੂਰੀ ਹੋਈ ਨਹੀਂ। ਅੱਜ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਗੁਰਜੰਟ ਸਿੰਘ ਜੀ, ਮਾਤਾ ਜੀ ਦੇ ਸਮੁੱਚੇ ਪਰਿਵਾਰ ਨੇ ਫੈਸਲਾ ਕੀਤਾ ਕਿ ਸਾਡੇ ਹੋਣਹਾਰ ਬੱਚੇ ਦੀ ਇਹ ਸੋਚ ਸੀ, ਅੱਜ ਅਸੀਂ ਉਸ ਦੀ ਯਾਦ ਦੇ ਵਿੱਚ ਪਿੰਡ ਮੁਲਤਾਨੀਆਂ ਗੁੱਡਵਿਲ ਸੁਸਾਇਟੀ ਵੱਲੋਂ ਇੱਕ ਹਸਪਤਾਲ ਦੀ ਬਿਲਡਿੰਗ ਦਾਨ ਦੇਣ ਵਜੋਂ ਜਗ੍ਹਾ ਦੇਣੀ ਹੈ ਅਤੇ ਸੁਸਾਇਟੀ ਨੂੰ ਉਹਦਾ ਚਾਰਜ ਸੰਭਾਲ ਦੇਣਾ ਹੈ, ਅਤੇ ਉੱਥੇ ਗਰੀਬ ਜਿਹੜੇ ਲੋਕ ਹੈ ਪਿੰਡ ਵਾਲੇ ਹੈ ਉਹ ਮਰੀਜ਼ ਆ ਕੇ ਆਪਣਾ ਇਲਾਜ ਕਰਵਾ ਸਕਣਗੇ। ਸ਼ਰਧ ਦੇ ਕਿਹਾ ਮਿਸਰੀਆਂ ਜੋ ਮੰਜੇ ਪਰ ਦਿੱਤੇ ਸਨ, ਜੋ ਬਾਲੀ ਰੱਖੀਆਂ ਵਾਹਿਗੁਰੂ ਦਾ ਭਾਣਾ ਗਾ, ਉਹਦੇ ਭਾਣੇ ਸਾਨੂੰ ਰਹਿਣਾ ਪੈਣਾ ਗਾ। ਬਹੁਤ ਛੋਟੀ ਉਮਰ ਦੇ ਵਿੱਚ ਜਗਦੀਪ ਸਿੰਘ ਗਿੱਲ ਜੀ ਸਾਨੂੰ ਉਸਦੀ ਵੀ ਪਿਛੋੜਾ ਦੇ ਕੇ ਸਦਾ ਲਈ ਚਲੇ ਗਏ ਆ। ਬਹੁਤ ਨੇਕ ਇਨਸਾਨ ਸੀ ਔਰ ਹਰ ਲੋੜਵੰਦ ਦੇ ਕੰਮ ਆਉਣ ਵਾਲੇ ਬੰਦੇ ਸੀ, ਉਹ ਵਾਹਿਗੁਰੂ ਦਾ ਹੁਕਮ ਸੀ ਭਾਣਾ ਸੀ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਲਾ ਦੇਣ ਦਾ ਮਨ ਪੱਕੀ ਸੰਗਤ ਦਾ ਇੱਥੇ ਪਹੁੰਚਣ 'ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗਾ ਕਿ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਇੱਥੇ ਪਹੁੰਚੇ ਹੋ ਔਰ ਸਾਨੂੰ ਹੱਥ ਬੰਨ ਕੇ ਬੇਨਤੀ ਆ ਪਿਆਰ ਦੇ ਸਦਕਾ ਸਰਦਾਰ ਗੁਰਜੰਟ ਸਿੰਘ ਹੋਰਾਂ ਦੇ